ਮਹਲਾ ਪੰਜਵਾਂ ਚੌਪਦੇ ਦੋ ਪਦੇ ਕਰ ਸ਼ਿਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਣੀਏ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਈ ਰਹਾਉ ਸੇਵਤ ਸੇਵ ਸੇਵ ਸਾਧ ਸੇਵ ਸਦਾ ਕਰੂੰ ਕਿਰਤਾਏ ਅਭੈ ਦਾਨ ਪਾਵਨ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਈ ਰਸਨਾ ਅਗਾਇ ਅਗੈ ਗੁਣ ਰਤੀ ਨੈਣ ਦਰਸ਼ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁੱਖ ਭੰਜਨ ਮੋਹਿ ਚਰਨ ਹਿਰਦੈ ਵਸਾਈ ਸਭ ਹੂੰ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਮਾਨ ਖੋਏ 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 ਖੋਈ ਹਉ ਮੋਕੋ ਸਤਿਗੁਰ ਮੰਤਰ ਦ੍ਰਿੜਾਈ ਅਤੁਲ 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 ਨਹੀਂ ਤੁਲੀਐ ਭਗਤ ਅਸ਼ਲ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕ ਅਭੈ ਦਾਨ ਸੁਖ ਪਾਏ ਜੋ ਜੋ ਸ਼ਰਨ ਪਰਿਓ ਗੁਰ ਨਾਨਕ ਅਭੈ ਦਾਨ ਸੁਖ ਪਾਏ ਚਬਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਆਪ ਸਭ ਧੰਤਾ ਦੇ ਯੋਗ ਹੋਂ ਬਡਭਾਗੇ ਹੋਂ ਆਓ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਆਪਸ ਵਿੱਚ ਰਲ ਮਿਲ ਕੇ ਸਾਂਝੀ ਕਰੀਏ ਗੁਰਫਤਿਹ ਦੀ ਸਾਂਝ ਪਾਈਏ ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਰਚਿਤ ਬਾਣੀ ਬਲਾਵਰ ਰਾਗ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਬੁਰੇ ਬੋਲਾਂ ਤੋਂ ਛੁਟਕਾਰਾ ਪਾਉਣ ਦੇ ਲਈ ਸਮਝਾਇਆ ਹੈ ਤੇ ਗੁਰੂ ਬਖਸ਼ਿਸ਼ ਕਰੇ ਆਪਾਂ ਇਸ ਗੱਲ ਨੂੰ ਸਮਝਣਾ ਵੀ ਆ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਉਹਨੂੰ ਸੱਚ ਕਰਕੇ ਜਾਣ ਲਈਏ ਮੰਨ ਲਈਏ ਤਾਂ ਜੀਵਨ ਦੇ ਵਿੱਚ ਭਲਾ ਹੁਣ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਰਾਗ ਬਲਾਵਲ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੀ ਨੇ ਕਹਿੰਦੇ ਹੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਪਾਤਸ਼ਾਹ ਜੀ ਨੇ ਜ਼ਿਕਰ ਕੀ ਕੀਤਾ ਗਾ ਮੋਹਨ ਜੀਵਾਂ ਦੇ ਮਨ ਨੂੰ ਮੋਹਨ ਮੋਹ ਲੈਣ ਵਾਲੇ ਸਰਵਣੀ ਤੋਂ ਭਾਵ ਕੰਨ ਮੇਰੇ ਮੋਹਨ ਸਰਵਣੀ
ਇਹ ਨਾ ਸੁਣਾਈ, ਤੂੰ ਇਹ ਨਾ ਸੁਣਿਆ ਕਰ ਕਿ ਜਿਸਦੇ ਲਈ ਅੱਗੇ ਪਾਤਸ਼ਾਹ ਜੀ ਬੋਲਦੇ ਨੇ ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਈ, ਜਿਹੜੇ ਕਿ ਤੇਰੇ ਜੀਵਨ ਦੇ ਵਿੱਚ ਨਾ ਬੋਲ ਸਾਕਤ ਪੁਣਾ ਪੈਦਾ ਕਰ ਦੇਣਾ, ਵਾਹਿਗੁਰੂ ਨਾਲੋਂ ਪਰਮੇਸ਼ਰ ਨਾਲੋਂ ਤੈਨੂੰ ਤੋੜ ਦੇਣ, ਨਾ ਉਹ ਗੱਲ ਸੁਣਿਆ ਨਾ ਕਰ ਕਿਸੇ ਦੀ। ਹੁਣ ਸਮਝਾਇਆ ਤਾਂ ਬੜੇ ਪਿਆਰ ਦੇ ਵਿੱਚ ਆ ਗੁਰੂ ਸਾਹਿਬ ਨੇ, ਮੰਨਣਾ ਨਾ ਮੰਨਣਾ, ਜਾਣੀ ਕਿ ਸਮਝਣਾ ਨਾ ਸਮਝਣਾ ਉਹ ਸਾਡੀ ਆਪਣੀ ਮਰਜ਼ੀ ਆ। ਹੁਣ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਵੀ ਤੇਰੇ ਜਿਹੜੇ ਕੰਨ ਆ ਨਾ ਸਰਵਣ ਨੇ, ਇਹਨਾਂ ਨੂੰ ਤੂੰ ਗੁਰਬਾਣੀ ਸੁਣਨ ਦੇ ਆਹਰ ਵਿੱਚ ਹੀ ਲਾਉਣਾ, ਚੰਗੇ ਸਿਆਣੇ ਪੁਰਖਾਂ ਦੇ ਬੋਲ ਸੁਣਨ ਦੇ ਆਹਰ ਵਿੱਚ ਹੀ ਲਾਉਣਾ। ਰੱਬ ਦੇ ਪਿਆਰੇ ਆ ਨਾ ਦਾਨੇ ਪੁਰਖ ਸਿਆਣੇ ਪੁਰਖ, ਉਹਨਾਂ ਤੋਂ ਕੁਝ ਉਹ ਗੱਲਾਂ ਸੁਣ ਜਿਨ੍ਹਾਂ ਦੇ ਨਾਲ ਤੇਰੇ ਜੀਵਨ ਦੇ ਵਿੱਚ ਤੈਨੂੰ ਸਫਲਤਾ ਮਿਲੇ। ਮੇਰੇ ਮੋਹਨ ਮਨ ਨੂੰ ਮੋਹ ਲੈਣ ਵਾਲੇ ਹੀ ਮੇਰੇ ਮਨ, ਤੂੰ ਨਾ ਬੁਰੇ ਬੋਲ ਨਾ ਸੁਣਿਆ ਕਰ, ਇਹ ਕੰਨਾਂ ਨੂੰ ਤੂੰ ਪੁੱਠੇ ਪਾਸੇ ਨਾ ਲਾਇਆ ਕਰ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਫਿਰ ਅੱਗੇ ਜ਼ਿਕਰ ਕੀ ਕਰਦੇ ਨੇ, ਸਾਕਤ ਰੱਬ ਨਾਲੋਂ ਟੁੱਟਿਆ ਹੋਇਆ, ਉਹਦੇ ਬਾਰੇ ਤੁਸੀਂ ਸਾਰੇ ਸਮਝਦੇ ਹੋ। ਸਾਕਤ ਹਰ ਰਸ ਸਾਧਨਾ ਜਾਣੇ ਆ, ਸਾਕਤ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਰਸ ਸਵਾਦ ਨਹੀਂ ਜਾਣ ਸਕਿਆ, ਹਨਾ ਸਾਕਤ। ਫਿਰ ਕਹਿੰਦੇ ਨੇ ਗੀਤ ਨਾਦ ਧੁਨ ਬੋਲਤ ਬੋਲ ਅਜਾਈ, ਭਾਵ ਜਿਹੜੇ ਬੋਲ ਤੈਨੂੰ ਪਰਮੇਸ਼ਰ ਨਾਲੋਂ ਤੋੜ ਕੇ ਸਾਕਤ ਬਣਾ ਦੇਣ ਉਹ ਨਾ ਸੁਣਿਆ ਕਰ। ਸਾਕਤ ਗੀਤ, ਹੁਣ ਜਦੋਂ ਗੱਲ ਗੀਤ ਦੀ ਕੀਤੀ ਆ ਤੇ ਅੱਜ ਆਪਾਂ ਇਹ ਗੱਲ ਨੂੰ ਖੁਦ ਵੇਖ ਸਕਦੇ ਹਾਂ ਵੀ ਸਾਡੇ ਸਮਾਜ ਦੇ ਵਿੱਚ ਕੇਵਲ ਗੁਰਬਾਣੀ ਸ਼ਬਦ ਵਿਚਾਰ ਨੂੰ ਛੱਡ ਕੇ, ਕੀਰਤਨ ਨੂੰ ਛੱਡ ਕੇ ਤੇ ਜਿਹੜੇ ਗੀਤ ਚੱਲਦੇ ਨੇ ਤੇ ਉਹ ਕਿੰਨੇ ਕੁ ਚੱਲਦੇ ਨੇਗੇ, ਆਪਾਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੈਗੇ। ਅੱਗੇ ਤਾਂ ਆਪਾਂ ਕਹਿੰਦੇ ਸੀ ਨਾ ਵੀ ਇਕੱਲੇ ਇਕੱਲੇ ਕਮਰੇ ਵਿੱਚ ਚੱਲਦੇ ਨੇ, ਹੁਣ ਤਾਂ ਇਉਂ ਮੰਨ ਲਓ ਵੀ ਹਰ ਇੱਕ ਮਨੁੱਖ ਜਿਹੜਾ ਵੀ ਆਪਣੇ ਕੋਲੇ ਕਿਸੇ ਫੋਨ ਦੀ ਵਰਤੋਂ ਕਰਦਾ ਗਾ ਉਹਦੀ ਜੇਬ 'ਚ ਹੀ ਚੱਲਦੇ ਨੇ। ਬਿਰਲਿਆਂ ਨੂੰ ਛੱਡ ਦਿਓ ਜਿਨ੍ਹਾਂ ਦੇ ਅੰਦਰ ਭਾਵਨਾ ਕਿ ਮੈਂ ਨਹੀਂ ਇਹ ਗੀਤ ਸੁਣਨੇ ਗੇ, ਮੈਂ ਤਾਂ ਕੇਵਲ ਤੇ ਕੇਵਲ ਗੁਰਬਾਣੀ ਕਥਾ ਇਹੀ ਸੁਣਨੀ ਆ, ਤੇ ਨਹੀਂ ਤਾਂ ਪਾਤਸ਼ਾਹ ਨੇ ਜੋ ਲਿਖਿਆ ਗਾ ਉਹ ਅੱਜ ਦੇ ਸਮੇਂ 'ਚ ਬਿਲਕੁਲ ਸੱਚ ਆ। ਸਾਕਤ ਗੀਤ ਇਹ ਸੁਣਿਆ ਨਾ ਕਰ, ਨਾਦ ਧੁਨ ਬੋਲਤ, ਨਾਦ ਧੁਨ ਉਹ ਨਾਦ ਉਹ ਆਵਾਜ਼ ਉਹ ਬੋਲ ਬਿਲਕੁਲ ਨਾ ਸੁਣ ਜਿਹੜੇ ਤੇਰੇ ਜੀਵਨ ਨੂੰ ਬੇਅਰਥ ਕਰ ਦੇਣ, ਕਿਸੇ ਅਰਥ ਨਾ ਲੱਗਣ ਦੇਣ, ਕਿਸੇ ਕੰਮ 'ਤੇ ਨਾ ਲੱਗਣ ਦੇਣ, ਕਿਸੇ ਚੰਗੇ ਆਹਰ ਵੱਲ ਨਾ ਤੁਰਨ ਦੇਣ, ਉਹ ਬੋਲ ਸੁਣਨੋਂ ਹਟ ਜਾ। ਭਗਤ ਕਬੀਰ ਸਿੰਘ ਵਰਗੇ ਵੀ ਕਹਿੰਦੇ ਆ ਨਾ ਵੀ ਐ ਮੇਰੇ ਮਨ ਤੂੰ ਕਦੇ ਵੀ ਸਾਕਤਾਂ ਦਾ ਸੰਗ ਨਾ ਕਰੀ, ਜਿਹੜੇ ਇਹ ਗਲਤ ਗੀਤ ਬੋਲਦੇ ਆ ਨਾ ਗਾਉਂਦੇ ਨੇ ਉਹ ਤਾਂ ਵਿਚਾਰੇ ਪਹਿਲੇ ਟੁੱਟੇ ਹੋਏ ਨੇ, ਤੂੰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੂੰ ਟੁੱਟ ਜਾਵੇਂਗਾ, ਇਸ ਕਰਕੇ ਉਹਨਾਂ ਤੋਂ ਦੂਰੀ ਬਣਾ ਲਾ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ, ਭਾਗ ਤੂੰ ਪਾਸਾ ਵੱਟ ਲਿਆ ਕਰ। ਇੱਥੇ ਪਾਤਸ਼ਾਹ ਜੀ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਈ ਰਹਾਉ। ਰੋਜ਼ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ ਜਿੱਥੇ ਕਿ ਪਾਤਸ਼ਾਹ ਨੇ ਕੰਨਾਂ ਦੇ ਸੰਬੰਧ ਵਿੱਚ ਲਿਖਿਆ ਗਾ, ਇਹ ਸਰਵਣੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਈ, ਐ ਕੰਨੋ ਮੇਰੇ ਉਹ ਤੁਹਾਨੂੰ ਨਾ ਪਰਮੇਸ਼ਰ ਪਰਮਾਤਮਾ ਨੇ ਚੰਗੇ ਚੰਗੇ ਬੋਲ ਸੁਣਨ ਦੇ ਲਈ ਲਾਇਆ, ਮਾੜੇ ਬੋਲ ਸੁਣਨ ਦੇ ਲਈ ਲਾਇਆ ਗਾ, ਚੰਗੇ ਚੰਗੇ ਬੋਲ ਸੁਣਨ ਦੇ ਲਈ ਲਾਇਆ, ਇਹ ਸਰਵਣੋ ਮੇਰੇ ਹੋ। ਅੱਗੇ ਲਿਖਿਆ ਸੱਚੈ ਸੁਣਨੈ ਨੋ ਪਠਾਈ, ਸੱਚ ਸੁਣਨ ਦੇ ਲਈ ਲਾਇਆ ਤੇ ਤੂੰ ਸੱਚ ਸੁਣਿਆ ਕਰ, ਤੇ ਕੁਦਰਤੀ ਸੁਭਾਗ ਆ ਜਿਹੋ ਜਿਹਾ ਬੰਦਾ ਸੱਚ ਸੁਣਦਾ ਗਾ ਤੇ ਉਹੋ ਜਿਹਾ ਬੰਦਾ ਸੱਚ ਬੋਲੂਗਾ ਵੀ।
क्योंकि जिहो जिहा कुछ आप अंदर लेके जावे कन्ना दे नाही उही कुछ आप बोलांगे। यह नहीं है भी अंदर झूठ है तो बंदा जुबान दे विच्चों सच बोल के लोगों के अपनी प्रभुता बनावे भी हाँ मैं सच्चा हाँ जा मेरे वर्गा कोई सच्चा नहीं है। यह नहीं हो सकता है ना। आखिर एक दिन पाजा जिहड़ा उबड़ जाता है। तो जे कोई बंदा मन लवो भी गुरु की पावन बाणी नाल जुड़ के अंदरों सच नाल भरिया होया तो उन्हों आपां झूठ दे नाल मेल के बदनाम करन दा जतन करिए तां वी नहीं हो सकदा गा। पातशाह जी कहिंदे जो अंदर होवेगा भांडे विच होवेगा सोई बाहर आवेगा। जिहो जिहा खूह च पानी आ अक्सर बाहर तो उही आउणा ना। जे घटिया पानी है तो घटिया आवेगा जे साफ पानी है तो साफ आवेगा। यह नहीं है पानी घटिया तो बाहर साफ आवे जे पानी वधिया तो बाहर गंदा आवे ना। जो है उही आउणा। ताइयों गुरु साहब ने लिखिया सच्चा सुनना नौ पठाए सच्चा सुनना नौ पठाए शरीर लाए। अगे कहा कि सुनो सत बाणी तो सुनिया कर की सुनना सत सतो भाव सची सची बाणी तू रोज सुनिया कर। दर्शन परसन सरसन हरसन रंग रंगी करतारी रे। अपने जीवन नूं पातशाह जी कहिंदे ऐसा बना लगे आपां दर्शन दर्शन भी करिया कर। दर्शन परसन गुरु नूं भाव केवल दर्शन करन तक ना रहि जी परसन दा भी जतन करिया कर। परसन तो भाव है टच होना। ते गुरु नाल टच किवें हो जांदा गा गुरु दी बाणी पढ़ सुन के। दर्शन परसन सरसन हरसन रंग रंगी करतारी दे। फिर तेरे जीवन दे विच कैसा रंग चढ़ जाएगा जे दर्शन परसन सरसन ते हरसन दा धारनी बन जावेगा। भाव तू अपनी जिंदगी नू सच नाल मिल लवेगा। बस मेरे मोहन सरवणी ये ना सुनाए साकत गीत नाद धुन बोलत बोल अजाए। रहाओ फिर आप हवाला लेता गा पातशाह ने सानू दस दिता भी सच है सुनना नौ पठाए सच सुन दे लई तुहानू लाया ते सच ही सुनिया करो। जिस आहार दे लई सानू शरीर दिता उही इह तों आहार करवाया जावे तो वधिया गल आ। ते जे इहनू आप गंदमंद सुन दे विच लावांगे नशे पत्ते खाण विच लावांगे गलत आदतां दा धारनी बनावांगे तो अक्सर इहने भाई एक दिन दुनिया दे विचों ना जमीर करके खत्म हो जाणा अणख करके गैरत करके खत्म हो जाना। ते वो आज साडे संसार विच एक नहीं अनेकां लोग ने जिन्हों की अणख गैरत इज्जत आबरू सब कुछ खत्म हो चुके केवल लोथां तुरियां फिरदियां ने। फिर अगे पासे जिक्र करते ने सेवत सेव सेव साध सेवों सदा करूं करताई। अगली तुक दे विच गुरु साहब जी जिक्र करते ने कहिंदे हे भाई अपने मालक परमात्मा ते सन्मुख हो के तू बेनती करिया कर। किहड़ी बेनती करनी आ हे मालक जी ओ मेरे ते मेहर करो मैं संगत विच जाण दी हिम्मत रखा। ये गल क्यों कही है क्योंकि अज साढ़े समाज के सब तो इं कह लो बड़ी बीमारी आ जिहड़ी बंदे नूं सतसंगत विच जाण तो संग लगती आ। चेता रखियो को संगत विच जाण तो बंदा नहीं संगदा महफल विच जाण तो बंदा नहीं संगदा। महफल विच टाइम किन्ना लंघदा इहदे बारे भी बंदा कुछ नहीं चतारदा भी मेरा किन्ना टाइम उत्थे गुजर गया घंटा दो घंटे चार घंटे किन्ना वक्त गुजर गया नहीं ख्याल करदा। पर गुरु की संगत विच जाण ते बंदा ना झिझकदा भी है। बिरलियां नूं छड के तुसीं सारी रब दे प्यार वाले बैठे हो तुहाडे ते नहीं मतलब तकरीबन ही भावना हर एक दी ना यार कित्थे जावांगे की कहणगे लोक रहण दे छड खड़ा। ते फिर जे मन लो भी आ भी गए ते फिर सुभाअ इहो जिहा हुंदा भी चल बाला चिर नहीं इत्थे टाइम इन्ना ही नहीं अपने कोले है ना। ते कुसंगत च बंदा जांदा भी भज के कुदरती गल आ ते उत्थे टाइम दी विचार भी नहीं करदा भी मेरा घंटा गुजरिया दो घंटे गुजरे ने किन्ना गुजरिया उत्थे जिन्ना मर्जी लम्मा टाइम लंघ जावे।
ਤੈਨੂੰ ਪਾਤਸ਼ਾਹ ਨੇ ਕਿਹਾ ਗਾ ਸੇਵਤ ਸੇਵ ਸੇਵ ਸਾਧ ਸੇਵੂ ਸਦਾ ਕਰੂੰ ਕਰਤਾਈ। ਕਹਿੰਦੇ ਉਹ ਮਾਲਕ ਅੱਗੇ ਤੂੰ ਆਪਣੀ ਬੇਨਤੀ ਕਰਿਆ ਕਰ, ਮੈਨੂੰ ਸੰਗਤ ਵਿੱਚ ਮਿਲਾ ਤੇ ਮੈਂ ਤੇਰੇ ਗੁਣ ਗਾ ਵੀ ਸਕਾਂ ਤੇ ਤੇਰੇ ਗੁਣ ਸੁਣ ਵੀ ਸਕਾਂ, ਦੋਨੇ ਕੰਮ ਹੀ ਕਰ ਸਕਾਂ, ਗਾਵਾਂ ਵੀ ਤੇ ਸੁਣਾ ਵੀ, ਰੋਜ਼ ਬੇਨਤੀ ਕਰਿਆ ਕਰ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅਭੈ ਦਾਨ ਪਾਵੂ, ਅਭੈ ਦਾਨ ਪਾਵੂ। ਫਿਰ ਪਾਤਸ਼ਾਹ ਕਹਿੰਦੇ ਨੇ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ, ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਨਾ ਮੈਨੂੰ ਦਾਤ ਮਿਲੀ ਹੈ। ਕਿਉਂ ਕਿਹੜੀ ਦਾਤ ਮਿਲੀ ਆ? ਅਭੈ ਦੀ, ਤੇ ਅਭੈ ਤੋਂ ਭਾਵ ਕੀ ਹੁੰਦਾ? ਡਰ ਰਹਿਤ ਜ਼ਿੰਦਗੀ। ਤੇ ਅੱਜ ਦੇ ਸਮੇਂ ਵਿੱਚ ਮੰਨ ਲਓ ਬੰਦਾ ਸਰੀਰ ਕਰਕੇ ਭਾਵੇਂ ਦਲੇਰ ਹੋਵੇ, ਆਪਾਂ ਵੀ ਕਹਿ ਦਿੰਦੇ ਹਾਂ ਵੀ ਨਹੀਂ ਜੀ ਮੈਂ ਤਾਂ ਨਹੀਂ ਕਿਸੇ ਤੋਂ ਡਰਦਾ ਗਾ, ਆਮ ਹੀ ਬੰਦਾ ਹਰੇਕ ਇਸ ਗੱਲ ਨਾਲ ਸਹਿਮਤ ਹੈਗਾ। ਪਰ ਜੇ ਆਪਾਂ ਥੋੜ੍ਹਾ ਜਿਹਾ ਇੱਦਾਂ ਖਿਆਲ ਕਰਕੇ ਵੇਖੀਏ ਨਾ, ਸਰੀਰ ਕਰਕੇ ਤਾਂ ਬੰਦਾ ਬਹੁਤ ਜ਼ਿਆਦਾ ਗਰਜਦਾ, ਪਰ ਜੇ ਆਪਾਂ ਅੰਦਰ ਦੇ ਤਲ 'ਤੇ ਦੇਖੀਏ ਤਾਂ ਅੰਦਰੋਂ ਬੰਦਾ ਡਰਦਾ ਗਾ, ਅੰਦਰੋਂ ਬੰਦਾ ਝਿਜਕਦਾ ਗਾ, ਭੈ ਨੂੰ ਕਿਸੇ ਦਾ ਡਰ ਹੈਗਾ। ਡਰ ਸਾਡਾ ਉਹ ਕਿੱਥੋਂ ਸਿੱਧ ਹੁੰਦਾ? ਜਦੋਂ ਆਪਾਂ ਕਹਿੰਦੇ ਹਾਂ ਨਾ ਜੀ ਕੀ ਪਤਾ ਗਾ ਮਨ ਕਦੋਂ ਬਦਲ ਜੇ, ਕਦੋਂ ਵਿਗੜ ਜੇ। ਜਦੋਂ ਮੰਨ ਲਓ ਵੀ ਆਪਾਂ ਤੁਸੀਂ ਅਸੀਂ ਆਪਾਂ ਸਾਰਿਆਂ ਨੇ ਗੱਲ ਕਹਿਤੀ ਨਾ ਵੀ ਕੋਈ ਪਤਾ ਨਹੀਂ ਮਨ ਵਿਗੜੇਦਾ ਕਦੋਂ ਵਿਗੜ ਜੇ, ਇਹਦਾ ਮਤਲਬ ਸਿੱਧ ਹੋ ਗਿਆ ਵੀ ਸਾਨੂੰ ਆਪਣੇ ਮਨ 'ਤੇ ਯਕੀਨ ਨਹੀਂ ਹੈ, ਭਰੋਸਾ ਨਹੀਂ, ਅਸੀਂ ਕਿਸੇ ਡਰ ਦੇ ਵਿੱਚ ਜ਼ਿੰਦਗੀ ਜਿਉ ਰਹੇ ਹਾਂ ਵੀ ਸਾਡਾ ਮਨ ਆ ਜਿਹੜਾ ਇਹ ਵਿਗੜ ਸਕਦਾ, ਸਾਡਾ ਜਿਹੜਾ ਮਨ ਆ ਨਾ ਇਹ ਵਿਗੜ ਸਕਦਾ ਗਾ, ਇਹ ਸਾਨੂੰ ਧੋਖਾ ਦੇ ਸਕਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਗੱਲ ਤੇਰੇ ਮੂੰਹੋਂ ਜਚਦੀ ਨਹੀਂ ਹੈ, ਤੇਰੀ ਜ਼ਿੰਦਗੀ ਤਾਂ ਐਸੀ ਹੋਣੀ ਚਾਹੀਦੀ ਹੈ ਵੀ ਤੈਨੂੰ ਆਪਣੇ ਆਪ 'ਤੇ ਮਾਣ ਹੋਵੇ, ਤੈਨੂੰ ਆਪਣੇ ਜੀਵਨ 'ਤੇ ਮਾਣ ਹੋਵੇ, ਤੈਨੂੰ ਆਪਣੇ ਗੁਣਾਂ 'ਤੇ ਮਾਣ ਹੋਵੇ। ਇਹ ਤਾਂ ਗੱਲ ਹੋਣੀ ਨਹੀਂ ਚਾਹੀਦੀ ਵੀ ਜੀ ਕੀ ਪਤਾ ਗਾ ਕਦੋਂ ਮਨ ਬਦਲ ਜੇ, ਕਦੋਂ ਮਨ ਵਿਗੜ ਜੇ। ਆਪਾਂ ਵੀ ਕਹਿੰਦੇ ਨਾ ਕਿਸੇ ਦੀ ਭਾਈ ਅਸੀਂ ਕੀ ਹਾਮੀ ਉੱਟ ਸਕਦੇ ਹਾਂ, ਸਾਨੂੰ ਤਾਂ ਖੁਦ ਨੂੰ ਆਪਣਾ ਨਹੀਂ ਪਤਾ ਵੀ ਕਦੋਂ ਬਦਲ ਜਾਏਗੀ। ਇਹ ਕੀ ਆ? ਡਰ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਕਹਿੰਦੇ। ਫਿਰ ਜਿਹੜੇ ਰੱਬ ਦੇ ਪਿਆਰੇ ਨਾ ਗੁਰਮੁਖ ਜਨ ਨੇ, ਉਹਨਾਂ ਦੇ ਜੀਵਨ ਵਿੱਚੋਂ ਜਦੋਂ ਸਤਸੰਗਤ ਵਿੱਚ ਜਾਣ ਲੱਗ ਜਾਂਦੇ ਆ ਨਾ ਇਹ ਬਿਮਾਰੀ ਹਟ ਜਾਂਦੀ ਆ। ਅਭੈ ਦਾਨ ਪਾਵੂ ਪੁਰਖ ਦਾਤੇ, ਫਿਰ ਇਹ ਦਾਤ ਨਾ ਗੁਰੂ ਦਿੰਦਾ ਗਾ, ਤੇ ਗੁਰੂ ਵੱਲੋਂ ਇਹ ਦਾਤ ਜਦੋਂ ਬੰਦੇ ਨੂੰ ਮਿਲ ਜਾਂਦੀ ਹੈ ਫਿਰ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਸੁਹਾਵਣੀ ਬਣ ਜਾਂਦੀ ਆ, ਜਿਹਨੂੰ ਆਪਾਂ ਕਹਿ ਦਈਏ ਉਹ ਦੁਨੀਆਂ ਦੇ ਵਿੱਚੋਂ ਨਿਵੇਕਲਾ ਹੋ ਜਾਂਦਾ, ਉਹ ਦੁਨੀਆਂ ਦੀ ਚਾਲ ਨਹੀਂ ਚੱਲਦਾ, ਦੁਨੀਆਂ ਤੋਂ ਅਲੱਗ ਹੋ ਜਾਂਦਾ। ਫਿਰ ਪਾਤਸ਼ਾਹ ਕਹਿੰਦੇ ਨੇ ਕਦੋਂ ਮਿਲੀ? ਮਿਲ ਸੰਗਤ, ਮਿਲ ਸੰਗਤ ਹਰ ਗੁਣ ਗਾਏ। ਅਗਲੀ ਗੱਲ ਵੀ ਸੰਗਤ ਵਿੱਚ ਜਾ ਕੇ, ਇੱਥੇ ਥੋੜ੍ਹੀ ਜਿਹੀ ਆਪਾਂ ਵਿਚਾਰੀ ਉਹ ਕਰਨੀ ਆ ਵੀ ਇੱਕ ਤਾਂ ਸੰਗਤ ਆ ਜਿਵੇਂ ਆਪਾਂ ਸਾਰੇ ਹੁਣ ਬੈਠੇ ਹਾਂ ਨਾ, ਇਉਂ ਗੁਰੂ ਸਾਹਿਬ ਦਾ ਪ੍ਰਕਾਸ਼ ਸਾਡੇ ਸਨਮੁੱਖ ਵਿਚਾਲੇ ਹੋਵੇ ਤੇ ਆਸ ਪਾਸ ਸੰਗਤ ਆ ਜਿਹੜੀ ਸਰੀਰ ਨੇ ਗੁਰਮੁਖ ਜਨ ਨੇ ਉਹ ਜੁੜੇ ਹੋਣ, ਜਿੰਨੇ ਵੀ ਹੋਣ ਉਨੀ ਥੋੜ੍ਹੇ ਆ। ਸਤ ਸੰਗਤ ਕਰਨ ਦਾ ਨਾ ਗੁਰਬਾਣੀ ਦੇ ਵਿੱਚ ਵਾਰ ਵਾਰ ਗੁਰੂ ਸਾਹਿਬ ਨੇ ਫੈਸਲਾ ਲਿਆ ਵੀ ਸਤ ਸੰਗਤ ਕਰਿਆ ਕਰ। ਕੇਵਲ ਇਕੱਲੀ ਸੰਗਤ ਨਹੀਂ ਕਿਹਾ, ਸਤ ਸੰਗਤ ਕਿਹਾ ਵੀ ਜਿੱਥੇ ਸਤ ਦੀ ਗੱਲ ਆ, ਜਿੱਥੇ ਉੱਚੇ ਸੁੱਚੇ ਆਚਰਣ ਵਾਲੇ ਜੀਵ ਰਹਿੰਦੇ ਨੇ ਉਹਨਾਂ ਦਾ ਭਾਵ ਸੰਗ ਕਰਿਆ ਕਰ, ਉਹਨਾਂ ਦੇ ਨਾਲ ਰੋਜ਼ ਮਿਲਿਆ ਕਰ। ਇੱਥੇ ਦੋ ਪੱਖ ਨੇ ਸਤ ਸੰਗਤ ਕਰਨ ਦੇ, ਇੱਕ ਤਾਂ ਹੈ ਗੁਰੂ ਦੇ ਆਸ ਪਾਸ ਆਪਾਂ ਇਰਦ ਗਿਰਦ ਸਾਰੇ ਬਹਿੰਦੇ ਹਾਂ, ਤੇ ਇੱਕ ਸਤ ਸੰਗਤ ਹੁੰਦੀ ਆ ਖੁਦ ਆਪਣੇ ਆਪ ਨਾਲ। ਜਿਹੜੀ ਆਹ ਸਤ ਸੰਗਤ ਆ ਨਾ ਇਹ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਵੱਡੀ ਮਹੱਤਤਾ ਦੱਸੀ ਆ, ਜਿਹਨੂੰ ਆਪਾਂ ਕਹਿ ਦਈਏ ਮਾਨਤਾ ਦਿੱਤੀ ਆ ਵੀ ਆਪਣੇ ਆਪ ਨਾਲ ਸਤ ਸੰਗਤ ਕਰਨੀ। ਤੇ ਨਹੀਂ ਸਾਡਾ ਨਾ ਕਿਸ ਤਰ੍ਹਾਂ ਦਾ ਪੱਖ ਹੁੰਦਾ ਵੀ ਆਪਾਂ ਆਮ ਹੀ ਸੋਚਦੇ ਰਹਿੰਦੇ ਹਾਂ ਯਾਰ ਦਰਬਾਰ ਦੇ ਵਿੱਚ ਨਾ ਮੈਂ ਤਾਂ ਇਕੱਲੇ ਹੀ ਬੈਠਾ, ਕਿੱਥੇ ਆ ਛੱਡ ਖੜਾ, ਚੱਲ ਕੋਈ ਹੈ ਤਾਂ ਹੈ ਨਹੀਂ, ਆਪਾਂ ਵੀ ਉੱਠ ਕੇ ਤੁਰ ਚੱਲ, ਆਪਣਾ ਕੁਦਰਤੀ ਸੁਭਾਅ ਨਾ। ਪਾਤਸ਼ਾਹ ਜੀ ਕਹਿੰਦੇ ਨਹੀਂ ਤੂੰ ਖੁਦ ਹੀ ਇਕੱਲਾ ਸਤਸੰਗਤ ਕਰਨ ਦੀ ਆਦਤ ਪਾ, ਇਕੱਲੇ ਹੀ
ਜਦੋਂ ਤੈਨੂੰ ਸਾਨੂੰ ਜਾਣੀ ਕਿ ਪਤਾ ਲੱਗ ਗਿਆ ਨਾ ਵੀ ਆਹ ਤਾਂ ਇੱਕ ਕਲਾਸ ਆ, ਇਸ ਕਲਾਸ ਦੇ ਵਿੱਚੋਂ ਅਸੀਂ ਸਤ ਸੰਗਤ ਦੀ ਮਹੱਤਤਾ ਨੂੰ ਲੱਭਣਾ, ਫਿਰ ਅਸੀਂ ਸਤ ਸੰਗਤ ਕਿਹਦੇ ਨਾਲ ਕਰਨੀ ਆ? ਜਿਹੜੀ ਗੱਲ ਪਿੱਛੇ ਸੁਣੀ ਹੈ ਨਾ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਜਿਹੜੀ ਗੱਲ ਸੁਣੀ ਆ ਵੀ ਆਪਣੇ ਕੰਨਾਂ ਨੂੰ ਚੰਗੇ ਆਹਾਰ ਵਿੱਚ ਲਾ, ਚੰਗਾ ਸੁਣਨ ਦੀ ਇਹਨਾਂ ਨੂੰ ਆਦਤ ਪਾ। ਜਦੋਂ ਕੰਨ ਚੰਗਾ ਸੁਣਨ ਲੱਗ ਗਏ, ਸਾਰੇ ਦਾ ਸਾਰਾ ਜੀਵਨ ਆ ਜਿਹੜਾ ਉਹ ਤਬਦੀਲ ਹੋ ਜਾਊ। ਸਿਆਣਿਆਂ ਦੇ ਬੋਲ ਨੇ, ਕਹਿੰਦੇ ਅੱਖਾਂ ਤੇ ਕੰਨਾਂ ਰਾਹੀਂ ਹੀ ਮਨੁੱਖ ਦੇ ਅੰਦਰ ਜ਼ਿਆਦਾ ਕੂੜਾ ਕਪਟ ਜਾਂਦਾ ਗਾ। ਜਿਹੜੇ ਕਮਰੇ 'ਚ ਨਾ ਮਤਲਬ ਰੋਸ਼ਨਦਾਨ ਰੱਖੇ ਨੇ, ਅਲਮਾਰੀਆਂ ਵਾਰੀਆਂ ਰੱਖੀਆਂ ਨੇ, ਉਹਨਾਂ ਦੇ ਰਾਹੀਂ ਹੀ ਰੇਤਾ ਅੰਦਰ ਜਾਂਦਾ, ਮਿੱਟੀ ਘੱਟ ਅੰਦਰ ਜਾਂਦਾ ਨਾ। ਇਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੇ ਕੰਨਾਂ ਰਾਹੀਂ ਤੇ ਅੱਖਾਂ ਰਾਹੀਂ ਜ਼ਿਆਦਾ ਕੂੜਾ ਅੰਦਰ ਜਾਂਦਾ, ਕੂੜਾ। ਤੇ ਹੁਣ ਨਿਗਾਹ ਮਾਰ ਕੇ ਵੇਖਿਓ ਵੀ ਉਹ ਕਿਹੜਾ ਕੂੜਾ ਗਾ ਜਿਹੜਾ ਅੱਖਾਂ ਰਾਹੀਂ ਅੰਦਰ ਜਾ ਵੜਦਾ ਤੇ ਕੰਨਾਂ ਰਾਹੀਂ ਵਗ ਜਾਂਦਾ। ਕੰਨਾਂ ਰਾਹੀਂ ਤਾਂ ਗੁਰੂ ਸਾਹਿਬ ਨੇ ਦੱਸ ਹੀ ਦਿੱਤਾ ਵੀ ਕਿੰਨਾ ਤੂੰ ਅੱਜ ਲੱਚਰਤਾ ਦੇ ਗੀਤ ਸੁਣਨ ਲੱਗ ਗਿਆ, ਫਿਰ ਅੱਖਾਂ ਨਾਲ ਕਿੰਨਾ ਮਾੜਾ ਵੇਖਣ ਲੱਗ ਗਿਆ। ਇਹ ਚੰਦਰੀਆਂ ਦੋਨੇ ਤੇ ਦੋਨੇ ਕੰਨਾਂ ਅੰਦਰ ਅਸੀਂ ਗਲਤ ਆਹਾਰੇ ਲਾਉਣ ਕਰਕੇ ਕੂੜਾ ਕਪਟ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇੱਕ ਗੱਲ ਇੱਥੇ ਹੋਰ ਕਹਿ ਦਈਏ, ਆਪਾਂ ਵੈਸੇ ਤੁਸੀਂ ਸਾਰੇ ਜਾਣਕਾਰ ਹੋ ਤੇ ਅੱਜ ਨਾ ਜਿਨ੍ਹਾਂ ਦੇ ਕਰਕੇ ਸਾਡੀ ਜਵਾਨੀ ਬੱਚੇ ਬੱਚੀਆਂ ਆਪਸ ਵਿੱਚ ਲੜ ਰਹੇ ਨੇ, ਮੈਂ ਫਲਾਨੇ ਦਾ ਫੈਨ ਹਾਂ, ਮੈਂ ਫਲਾਨੇ ਦਾ ਫੈਨ ਹਾਂ, ਲੜਦੇ ਆ ਨਾ, ਤੇ ਚੇਤਾ ਰੱਖਿਓ ਉਹ ਤਾਂ ਭਾਈ ਜੇ ਆਪਾਂ ਇਉਂ ਵੀ ਕਹਿ ਦਈਏ ਨਾ ਵੀ ਸਰਕਾਰੀ ਬੰਦੇ ਨੇ ਤੇ ਉਹਨਾਂ ਤੋਂ ਆਪਾਂ ਬਚੋ, ਉਹ ਤਾਂ ਕਰੋੜਾਂ ਰੁਪਈਆ ਅਰਬਾਂ ਰੁਪਈਆ ਦੇ ਵਿੱਚ ਨਾ ਸੌਦਾ ਕਰਦੇ ਆ ਸਰਕਾਰਾਂ ਨਾਲ, ਜਾਣੀ ਕਿ ਜਿਹਨੂੰ ਆਪਾਂ ਕਹਿ ਲਈਏ ਵਿਰੋਧੀ ਧਿਰਾਂ ਦੇ ਨਾਲ ਸੌਦਾ ਕਰਦੇ ਨੇ ਵੀ ਅਸੀਂ ਕਿਵੇਂ ਜਵਾਨੀ ਨੂੰ ਪੱਟਣਾ, ਬਰਬਾਦ ਕਰਨਾ। ਠੇਕਾ ਹੁੰਦਾ ਉਹਨਾਂ ਦਾ 5 ਸਾਲਾਂ ਦਾ, 10 ਸਾਲਾਂ ਦਾ, 20 ਸਾਲਾਂ ਦਾ, ਇੰਨੇ 5-7 ਸਾਲ ਲੰਘ ਗਏ ਫਿਰ ਕੋਈ ਹੋਰ ਆ ਜਾਂਦਾ, ਨਵਾਂ ਆ ਜਾਂਦਾ, ਫਿਰ ਉਹ ਚੱਲ ਹੋਵੇ ਚਾਹੇ ਕੋਈ ਹੋਵੇ, ਕੋਈ ਕੋਈ ਚੱਕਰ ਨਹੀਂ ਇਹਦੇ 'ਚ, ਚਾਹੇ ਉਹ ਸਾਨੂੰ ਕੋਈ ਮਤਲਬ ਨਹੀਂ, ਪੱਗ ਵਾਲਾ ਕਿ ਬਿਨਾਂ ਪੱਗ ਵਾਲਾ ਗਾ, ਜਾਂ ਗਾਤਰੇ ਵਾਲਾ ਜਾਂ ਬਿਨਾਂ ਗਾਤਰੇ ਵਾਲਾ, ਇਹਦੇ ਨਾਲ ਕੋਈ ਮਤਲਬ ਨਹੀਂ, ਪਰ ਕਰਦਾ ਕੀ ਆ, ਸੁਣਾਉਂਦਾ ਕੀ ਆ, ਇਹ ਵੇਖਣਾ ਸੀ ਤਾਂ। ਤੇ ਅੱਜ ਉਹਨਾਂ ਕਰਕੇ ਸਾਡੇ ਬੱਚੇ ਬੱਚੀਆਂ ਆਪਸ ਵਿੱਚ ਲੜ ਰਹੇ ਨੇ, ਪਰ ਉਹਨਾਂ ਨੇ ਤਾਂ ਆਪਣੇ ਨਾਵਾਂ ਦੇ ਪਿੱਛੋਂ ਸਿੰਘ ਵੀ ਕੱਟਤਾ ਤੇ ਉਵੇਂ ਸਾਡਾ ਕੰਮ ਚੱਲ ਪਿਆ। ਦੇਖੋ ਰੀਸ ਤਾਂ ਅਸੀਂ ਕੀਤੀ ਹੈ ਨਾ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਕੀਤੀ, ਰੀਸ ਤਾਂ ਕੀਤੀ ਹੈ ਨਾ। ਤੇ ਗੁਰੂ ਸਾਹਿਬ ਨੇ ਸਾਨੂੰ ਹਰ ਇੱਕ ਨੂੰ, ਭੈਣ ਨੂੰ, ਵੀਰ ਨੂੰ ਮੂਹਰੇ ਨਾਮ ਆ ਤੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਗਾ। ਤੇ ਫਿਰ ਉਹਨਾਂ ਨੇ ਕੀ ਕੀਤਾ ਗਾ ਆਪਾਂ ਦੇਖ ਲਓ, ਉਹਨੇ ਕਹਾ ਮਾਰ ਕੇ ਵੀ ਕਿਹੜੇ ਗਾਇਕ ਪਿੱਛੇ, ਕਿਹੜੇ ਕਲਾਕਾਰ ਪਿੱਛੇ ਜੋ ਸਾਨੂੰ ਗੰਦ ਮੰਦ ਸੁਣਾਉਂਦੇ ਨੇ, ਸਿੰਘ ਲੱਗਦਾ ਵੀ ਫਲਾਨਾ ਸਿੰਘ, ਉਦੋਂ ਗਾਹਾਂ ਉਹਦਾ ਕੋਈ ਕਿਸੇ ਤਰ੍ਹਾਂ ਦੀ ਕੁਆਲਿਟੀ ਲਿਖੀ ਵੀ ਹੈ ਵੀ ਆਹ ਗੀਤ ਗਾਉਂਦਾ ਲਿਖਦਾ ਗਾ। ਚਲੋ ਇੱਥੋਂ ਸਿੱਧ ਹੋ ਗਿਆ ਵੀ ਉਹਨਾਂ ਤਾਂ ਨਾ ਸਾਨੂੰ ਪਤਾ ਲੱਗ ਗਿਆ ਵੀ ਉਹ ਤਾਂ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਆਪਾਂ ਬਚਣਾ ਬਸ, ਕੋਸ਼ਿਸ਼ ਹੀ ਆ। ਸਬਜ਼ੀ ਵਾਲੇ ਨੇ ਤਾਂ ਸਬਜ਼ੀ ਦਾ ਹੋਕਾ ਦੇਣਾ ਹੀ ਆ, ਆਪਾਂ ਖਰੀਦਣੀ ਆ ਜਾਂ ਨਹੀਂ ਖਰੀਦਣੀ, ਮਰਜ਼ੀ ਆਪਣੀ ਆ। ਚਲੋ ਇੱਥੇ ਸਤਿਗੁਰੂ ਪਾਤਸ਼ਾਹ ਜੀ ਫਿਰ ਦੱਸਦੇ ਨੇ, ਕਹਿੰਦੇ ਅੱਖਾਂ ਰਾਹੀਂ ਤੇ ਕੰਨਾਂ ਰਾਹੀਂ ਅਸੀਂ ਜ਼ਿਆਦਾ ਕੂੜਾ ਕਰਕਟ ਅੰਦਰ ਜਿਹੜਾ ਸੁੱਟਣਾ ਸ਼ੁਰੂ ਕਰ ਦਿੱਤਾ, ਹੁਣ ਸਾਡਾ ਅੰਦਰ ਨਾ ਕੂੜੇ ਕਰਕਟ ਨਾ ਭਰ ਗਿਆ। ਤੇ ਜੇ ਆਪਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰੀਏ, ਦਰਸ਼ਨ ਅੱਖਾਂ ਨਾਲ ਦਰਸ਼ਨ ਕਰੀਏ ਨਾ, ਤੇ ਜ਼ੁਬਾਨ ਦੇ ਨਾਲ ਬੋਲ ਬੋਲ ਕੇ ਗੁਰਬਾਣੀ ਨੂੰ ਬੋਲ ਕੇ ਨਾ, ਤੇ ਕੰਨਾਂ ਦੇ ਨਾਲ ਅੰਦਰ ਲੈ ਕੇ ਜਾਈ ਗੁਰਬਾਣੀ ਨੂੰ, ਇਹਨੂੰ ਕੀ ਕਿਹਾ ਜਾਂਦਾ? ਪਰਸਨ ਟੱਚ ਹੋਣਾ। ਬਸ ਆ ਦੋਨੇ ਪੁਆਇੰਟ ਹੀ ਆਪਣੇ ਅੰਦਰ ਆ ਜਾਣ, ਜ਼ਿੰਦਗੀ ਬਦਲ ਜਾਊ। ਫਿਰ ਕੂੜਾ ਕਰਕਟ ਨਹੀਂ, ਫਿਰ ਅਸੀਂ ਨਾ ਚੰਗੇ ਚੰਗੇ ਗੁਣ ਗੁਰੂ ਤੋਂ ਲੈ ਕੇ ਉਹ ਅੰਦਰ ਪਾਉਣੇ ਸ਼ੁਰੂ ਕਰ ਦੇਵਾਂਗੇ, ਫਿਰ ਸਾਡੀ ਜ਼ਿੰਦਗੀ ਕਦੇ ਵੀ ਬਰਬਾਦ ਨਹੀਂ ਹੋਊਗੀ। ਹੁਣ ਚੇਤਾ ਰੱਖਿਓ ਕੁਦਰਤੀ ਸੁਭਾਅ, ਜਿੰਨੀਆਂ ਮੇਰੀਆਂ ਸਤਿਕਾਰਯੋਗ ਭੈਣਾਂ ਬੈਠੀਆਂ, ਵੀਰ ਬੈਠੇ ਨੇ, ਸਫਾਈ ਨਾ ਹੋਵੇ ਕਮਰੇ 'ਚ ਤੇ ਬੰਦੇ ਦਾ ਬੈਠਣ ਨੂੰ ਖੜਨ ਨੂੰ ਚਿੱਤ ਨਹੀਂ ਮੰਨਦਾ। ਸੁਚੱਜੀ ਭੈਣ ਦਾ ਸੁਭਾਅ ਹੁੰਦਾ ਉਹ ਕਹਿੰਦੀ ਪਹਿਲਾਂ ਸਫਾਈ ਜ਼ਰੂਰੀ ਹੈ, ਬਸ ਭਾਵੇਂ ਕੱਚਾ ਭਾਵੇਂ ਪੱਕਾ ਭਾਵੇਂ ਕੁਛ ਵੀ ਆ, ਸਫਾਈ ਪਹਿਲਾਂ, ਦੂਜਾ ਕੰਮ ਬਾਅਦ 'ਚ।
जे सफाई आ फिर ही बैठन खड़न चित मानता हूँ इवें जिमें सच्चे पातशाह कहिंदे तू अपने अंदर निगाह मार जिहड़ा तेरा शरीर है ना इहदे विच तां कूड़ा करकट तू बहुत पालिया साफ नहीं हैगा अंदरों जे साफ नहीं है तां फिर गुरु साहब का पैर कित्थे टिकूगा आप ही निगाह मार के वेखना गुरु नानक साहब की बाणी का टिकाणा किवें बणू बण नहीं सकदा गा ते फिर नाल की समझाया गा नाल ये समझाता सानू सच्चे पातशाह जी कहिंदे इसे मैल करके सानू डर लगता बस इसे मैल करके डर लगता फिर ही साढ़े अंदर हुंदा लोग की कहणगे यार जे मैं बग गया सतसंगत च लोग की कहणगे फिर यही डर आपै अपाय तो भाव डर रहत जिंदगी ते डर रहत जिंदगी उन्हां दी आ गुरु साहब कहिंदे जिन्हां ने गंद मंद सुनो बंद करता फिर इत्थे पातशाह जी कहिंदे ने मिल सतसंगत आपां गल कीती सी वी सतसंगत करिया कर पातशाह जी ने दस्सिया वी इक संगत तां वारी तौर ते आ इक भाई तेरे जीवन दे विच ही आ तू अपने कर्म इंद्रिय ते ज्ञान इंद्रिया नाल सतसंगत करनी आ अखां नाल मिलके कन्नां नाल मिलके जुबान नाल मिलके हत्थां नाल पैरां नाल पूरे शरीर दे ना कम करन वाले कर्म इंद्रिय ज्ञान करन वाले ज्ञान प्राप्त करन वाले ज्ञान इंद्रिया दे नाल मिल के कर भावे तू शरीर करके कल ही होवे कोई चक्कर नहीं गा ये ना मनी भी मैं कला गा ना ही बाबे नानक ने मनिया सीगा भी मैं कला मरदा ने आपां दोनों ही है जरा आपां ही करांगे छड्ड खड़ा मनिया नहीं है ना भावे गुरु नानक साहब के मूहरे सुनने वाला एक भावे दो भावे दो सौ आते गुरु साहब ने गल नहीं चतारी ठीक है ना पर अज साडा सुभा जरूर बन गया भी आपां कल्ले आ दो आ दस आ वी आ तीह आ की करना की नहीं करना पर गुरु साहब ने तो सच का होका दिती आ भाव कदे भी बंद नहीं होएगे भावे एक सुन ले ते भावे एक सुन ले कोई चक्कर नहीं गा इत्थे पातशाह जी कहिंदे फिर तू अपनी सतसंगत अपने जीवन नाल मिल के आप करिया कर अगे पातशाह जिक्र करदे ने रसना अगहा अगहा गुण राती नैन दरस रंग लाए पातशाह जी कहिंदे फिर जो रसना ना मेरी शुभ बोल बोलन लग गई फिर नैन रहे रंग लाए ते जिथे नैणा दे नाल मैं कन्ना दे नाल मंदड़े बोल सुन के गंदगा चीजा वेख के अंदर मैल कट्ठी करदा सी उह कट्ठी करनों गया हट हुण इन्हां अखां दे राही ना मेरी जिंदगी च रंग लगना शुरू हो गया रंग एक तां वारी रंग हुंदा ना इत्थे वारी रंग दी गल नहीं इत्थे प्यार दे रंग दी गल आ वी इन्हां अखां ने रोज गुरु दे दर्शन करने शुरू कर दिते ते अंदर चा पैदा होने लग गया भी आदत बन गई रोज ही चल कानू कौल करनी अंदरों खिच बन गई ना रोज ही जाना आपां नहीं कौल नहीं करनी ना 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 एक घड़ी ना मिलते ता कलयुग होता हुण तां मेरी जुबान ही बोलन लग गई भी जे एक घड़ी भी गुरु नाल ना मिलिया ना देख ला ते तेरे जीवन च ना कलयुग पैदा हो जूगा कलयुग पैदा हो जूगा ते तेरी हालत ना निगर जाऊगी घटिया बन जू रहन दे तू कौल ना कर ते फिर गुरमुख जन कदे भी भाई कौल नहीं करते इत्थे पातशाह जी कहिंदे फिर रब दे प्यारे परमेश्वर परमात्मा नाल जुड़न दे नहीं ना रोज हीला करदे आ उदाहरण भावे 24 घंटियां दे विच्चों एक घंटा आपां गुरु नाल जुड़े भावे दो घंटे जुड़े जिदा वध जुड़िया तां सारे सत्कार जोग भावे दिहाड़ी विच 24 घंटियां विच एक घंटा दो घंटे आपां जुड़े है ना मन लवो वह दो घंटे किवें देने गे इउं आ भी असीं 22 घंटे मैल कट्ठी कीती आ आप अपने आप की गल नहीं है भी 22 घंटे असीं ना मैल कट्ठी कीती आ दो घंटे असीं सफाई कीती है जरूरी है बस और रोज रोज सफाई होने लग गई तो मैल भी घट जाती है ते जे दो घंटे 24 घंटे दे विचो सफाई ना करिए ना गुरु की गल सुनीए ना सतसंगत करिए फिर पातशाह जी कहिंदे मैल वधदी वधदी वध जाएगी फिर तो बहुत वड्डा अंदर ना कूड़े का ढेर लग जाऊगा बहुत वड्डा ना अंदर कूड़े करकट का ढेर लग जाना इस करके पातशाह जी कहिंदे फिर रसना नूं ना परमेश्वर के बोलां ना जुड़ अग है अग है अगे कहिंदे ने गुण राती
दिन रात गुण गाया कर। नैन दरस रंग लाए फिर पातशाह जी कहिंदे तेरे नैणा राही ना परमात्मा दे नाल प्यार बन जाणा, फिर ये अखां चंगीआं बन जाणगीआं, फिर ये कन्न भी चंगे बन जाणगे। पहलां तां कन्न माड़े हो गए सी, मेरे मोहन सरबणी इहनां सुणाए, ते हुण की आ ये सरबणो मेरिओ मैनूं अकल आ गई, सच है सुनणै नूं पठाए, पता लग गया मैनूं मेरे मालक ने कन्न कादे वास्ते लाए, अखां कादे वास्ते लाईआं ने। फिर पातशाह की कहिंदे ने हो कृपाल दीन दुख भंजन मोहे चरण हृदय वसाए, हे वाहिगुरु जी मेरे ते बख्शिश करो तेरे चरण। फिर बंदा की कहूगा, बेनती करूँ, आप सारे ने करनी आ भी हे वाहिगुरु जी तेरे चरण मेरे ना हिरदे विच वस जान, मेरे हिरदे च टका लवो तुसी, मेरे हिरदे च ना तुहाडे चरण टिक जाण। ते हुण गुरु दे चरणों तुसी सारे सूझवानों समझदे हो, गुरु दी बाणी विचार ये गुरु दे चरण ने पाए। ਇਹ ਨਹੀਂ ਹੈ ਵੀ ਆਪਾਂ ਗੁਰੂ ਦੇ ਚਰਨ ਲੱਭਣ ਲੱਗ ਜਾਈਏ ਵੀ ਕਿੱਥੇ ਕਿਹੋ ਜਿਹੇ ਪੈਰ ਨੇ, ਹੈ ਨਾ ਕਿਹੜੇ ਹੱਡ ਮਾਸ ਦੇ ਪੈਰ ਲੱਗੇ ਹੋਏ ਨੇ ਪਾਤਸ਼ਾਹ ਦੇ, ਉਹਨਾਂ ਚਰਨਾਂ ਨੂੰ ਨਾ ਹੀ ਫਿਰ ਉਹ ਹਿਰਦੇ 'ਚ ਟਿਕਣ। ਜੇ ਉੱਦਾਂ ਦੇ ਆਪਾਂ ਲੱਭਾਂਗੇ ਵੀ ਨਾ ਤਾਂ ਉਹ ਟਿਕਣੇ ਵੀ ਨਹੀਂ ਹਨ। ਅਤੇ ਚਰਨ ਕੀ ਨੇ? ਗੁਰੂ ਦੀ ਬਾਣੀ ਦੀ ਵਿਚਾਰ, ਇਹ ਮੇਰੇ ਹਿਰਦੇ 'ਚ ਟਿਕ ਜਾਵੇ। ਫਿਰ ਪਾਤਸ਼ਾਹ ਜੀ ਕਰਦੇ ਜ਼ਿਕਰ, ਕਹਿੰਦੇ ਸਭੂ ਤਲੈ ਤਲੈ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ, ਮੇਰੇ ਮਾਲਕ ਨੇ ਐਸੀ ਬਖਸ਼ਿਸ਼ ਕੀਤੀ, ਕਿਹੋ ਜਿਹੀ ਕੀਤੀ ਆ, ਸਾਰੇ ਦੁਨੀਆਂ ਦੇ ਲੋਕ ਰਹਿੰਦੇ ਤਲਤੀ ਆ, ਧਰਤੀ ਦੇ ਤਲ 'ਤੇ ਰਹਿ ਰਹੇ ਨੇ, ਪਰ ਮੇਰੇ 'ਤੇ ਐਸੀ ਕਿਰਪਾ ਕੀਤੀ ਮੈਨੂੰ ਧਰਤੀ ਤੋਂ ਉੱਪਰ ਚੁੱਕ ਲਿਆ। ਮਤਲਬ ਮੈਂ ਹੁਣ ਦੁਨੀਆਂ ਦੇ ਚਿੱਕੜ ਵਿੱਚੋਂ ਉੱਪਰ ਹੋ ਗਿਆ। ਤਿੱਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਫਿਰ ਉਹਨੇ ਕੀ ਕੀਤਾ? ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾਂ ਤੈ ਡੂਬੀ ਅਲੇ। ਮੈਂ ਦੇਖੇ ਸੀ ਬਹੁਤ ਦੁਨੀਆਂ ਦੇ ਲੋਕ, ਆ ਜੀਵ ਨਾ ਦੇਖੇ ਸੀ, ਪੰਛੀ ਮਨੁੱਖਾ ਪੰਛੀ ਵੇਖਿਆ ਸੀ, ਇਹ ਦੁਨੀਆਂ ਦੇ ਚਿੱਕੜ 'ਚ ਡੁੱਬ ਗਏ ਅਤੇ ਧਰਤੀ ਤੋਂ ਉੱਪਰ ਚੱਕਣ ਤੋਂ ਭਾਵ ਕੀ ਹੈ, ਹੁਣ ਮੈਨੂੰ ਉਹਨੇ ਚਿੱਕੜ ਵਿੱਚ ਡੁੱਬਣ ਤੋਂ ਬਚਾ ਲਿਆ। ਪੰਕਜ ਮੋਹ ਪੱਗ ਨਹੀਂ ਚੱਲੈ, ਭਾ ਪੰਕਜ ਮੇਰੇ ਖੰਭ ਨਾ ਹੁਣ ਭਿੱਜਣੋਂ ਹਟ ਗਏ, ਲਿਬੜਨੋਂ ਹਟ ਗਏ। ਹਮ ਦੇਖਾਂ ਤੇ ਡੂਬੀ ਅਲੇ, ਬੜੇ ਲੋਕ ਸੀ ਜਿਨ੍ਹਾਂ ਦੇ ਖੰਭ ਪਾਣੀ ਵਿੱਚ ਚਿੱਕੜ ਵਿੱਚ ਲਿਬੜ ਗਏ, ਅਤੇ ਜਿਹੜੇ ਪੰਛੀਆਂ ਦੇ ਪਾਣੀ ਨਾਲ ਖੰਭ ਭਿੱਜਣ ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਉਡਾਰੀ ਮਾਰਨੋਂ ਹਟ ਜਾਂਦੇ ਨੇ, ਉਹਨਾਂ ਦੀ ਸੱਤਿਆ ਖਤਮ ਹੋ ਜਾਂਦੀ ਆ। ਜੇ ਉਡਾਰੀ ਮਾਰਨਗੇ ਪਹਿਲਾਂ ਸੁਕਾਉਣੇ ਪੈਣਗੇ ਅਤੇ ਫਿਰ ਕਿਤੇ ਜਾ ਕੇ ਉਡਾਰੀ ਮਾਰਦੇ ਨੇ। ਫਿਰ ਗੁਰੂ ਸਾਹਿਬ ਨੇ ਮੇਰੇ 'ਤੇ ਐਸੀ ਕਿਰਪਾ ਕੀਤੀ ਮੈਨੂੰ ਭਿੱਜਣ ਹੀ ਨਹੀਂ ਦਿੱਤਾ, ਮੈਨੂੰ ਤਾਂ ਨਾ ਮੇਰੇ ਗੁਰੂ ਨੇ ਮੁਰਗਾਈ ਵਾਲਾ ਜੀਵਨ ਦਿੱਤਾ, ਮੁਰਗਾਈ ਵਾਲਾ ਜੀਵਨ ਦਿੱਤਾ ਨਾ। ਹੁਣ ਮੁਰਗਾਈ ਦਾ ਸੁਭਾਅ ਕਿਹੋ ਜਿਹਾ? ਉਹ ਜੇ ਉਹਨੂੰ ਮੰਨ ਲਓ ਬਾਹਰ ਵੀ ਉੱਡ ਜਾਂਦੀ ਆ ਉਹ, ਅਤੇ ਜੇ ਉਹਨੂੰ ਪਾਣੀ 'ਚ ਆਉਣਾ ਪੈ ਜਾਏ ਨਾ ਤਾਂ ਉਹ ਚਿੱਕੜ ਦੀ ਗੱਲ ਤਾਂ ਛੱਡੋ, ਉਹ ਤਾਂ ਬਹੁਤ ਵੱਡੇ ਨਾ ਸਰੋਵਰ ਦੇ ਵਿੱਚ ਚੁੰਬੀਆਂ ਲਾਉਂਦੀ ਫਿਰਦੀ ਹੈ, ਭੱਜੀ ਫਿਰਦੀ ਹੈ ਵਿੱਚ, ਉਹਨੂੰ ਕੋਈ ਮਤਲਬ ਨਹੀਂ। ਉਹ ਸਿੱਧੂ ਹੀ ਪਾਣੀ 'ਚੋਂ ਉੱਠ ਕੇ ਭੱਜ ਜਾਂਦੀ ਆ ਅਤੇ ਸਿੱਧੀ ਪਾਣੀ 'ਚ ਆ ਕੇ ਉੱਤਰ ਜਾਂਦੀ ਆ। ਫਿਰ ਗੁਰਮੁਖਾਂ ਦਾ ਜੀਵਨ ਐਸਾ ਬਣ ਗਿਆ, ਉਹ ਦੁਨੀਆਂ ਦੇ ਵਿੱਚ ਰਹਿੰਦੇ ਹੋਏ, ਮਤਲਬ ਆ ਸੰਸਾਰ ਰੂਪੀ ਸਰੋਵਰ ਵਿੱਚ ਰਹਿੰਦਿਆਂ ਹੋਏ ਆ, ਚਿੱਕੜ ਵਿੱਚ ਰਹਿੰਦਿਆਂ ਹੋਏ ਨਾ ਆਪਣੇ ਖੰਭ ਭਿੱਜਣ ਨਹੀਂ ਦਿੰਦੇ, ਮੁਰਗਾਈ ਵਰਗਾ ਉਹਨਾਂ ਦਾ ਸੁਭਾਅ ਬਣ ਜਾਂਦਾ। ਬਾਣੀ 'ਚ ਵੀ ਲਿਖਿਆ ਨਾ ਪਾਤਸ਼ਾਹ ਨੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ, ਸੁਰਤ ਸਾਗਰ। ਪਾਤਸ਼ਾਹ ਜੀ ਕਹਿੰਦੇ ਇਸ ਸਾਗਰ ਨੂੰ ਨਾ ਆਪਣੀ ਸੁਰਤ ਰੂਪੀ ਮੁਰਗਾਈ ਨੂੰ ਤੈਰਨਾ ਸਿਖਾਲਾ ਬਸ। ਫਿਰ ਪਾਤਸ਼ਾਹ ਇੱਥੇ ਲਿਖਦੇ ਨੇ, ਕਹਿੰਦੇ ਅਭਿਮਾਨ ਖੋਏ 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 ਖੋਈ ਹਉ ਮੋਹ ਕੋ ਸਤਿਗੁਰ ਮੰਤਰ ਦੜਾਏ। ਅਭਿਮਾਨ ਕਹਿੰਦੇ ਅਹੰਕਾਰ ਨੂੰ, ਮੇਰਾ ਅਹੰਕਾਰ ਖਤਮ ਹੋ ਗਿਆ, ਖੋਏ 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 ਖੋਈ ਚਾਰ ਵਾਰੀ ਜ਼ਿਕਰ ਕਰਤਾ ਪਾਤਸ਼ਾਹ ਨੇ, ਕਹਿੰਦੇ ਮੇਰੇ ਜੀਵਨ 'ਚ ਹੁਣ ਨਾ ਜਿਹੜੀ ਹੰਕਾਰੀ ਵਿਰਤੀ ਸੀ, ਮਾੜੀ ਵਿਰਤੀ ਸੀ, ਉਹ ਖਤਮ ਹੋ ਗਈ। ਹੁਣ ਫਿਰ ਕੀ ਕਿਹਾ ਪਾਤਸ਼ਾਹ ਜੀ? ਕਹਿੰਦੇ ਇਹ ਕਿਉਂ ਹੋਈ? ਕਿਉਂਕਿ ਮੈਨੂੰ ਸਤਿਗੁਰ ਨੇ ਨਾ ਮੰਤਰ ਦਿੱਤਾ, ਮੋਹ ਕਹੋ ਮੈਨੂੰ ਸਤਿਗੁਰ ਮੰਤਰ ਦੜਾਏ, ਮੈਨੂੰ ਸਤਿਗੁਰ ਨੇ ਨਾ ਮੰਤਰ ਦੇ ਦਿੱਤਾ। ਹੁਣ ਚੇਤਾ ਰੱਖਿਓ ਵੀ ਆਪਾਂ ਸਤਿਗੁਰ ਤੋਂ ਮੰਤਰ ਲੈ ਚੁੱਕੇ ਹਾਂ ਜਾਂ ਨਹੀਂ ਲੈਂਦਾ। ਜੇ ਲੈ ਲਿਆ ਮੰਤਰ ਤਾਂ ਸ਼ਾਬਾਸ਼ ਹੈ, ਜੇ ਗੁਰੂ ਤੋਂ ਮੰਤਰ ਅਜੇ ਤੱਕ ਮਿਲਿਆ ਨਹੀਂ ਨਾ, ਲਿੱਤਾ ਨਹੀਂ, ਤਾਂ ਆਪਾਂ ਮੰਗ ਲਈਏ ਹੈ ਨਾ ਵੀ ਸੱਚੇ ਪਾਤਸ਼ਾਹ ਸਾਨੂੰ ਮੰਤਰ ਦੇ ਦਿਓ।
बस एक मैं संखेप टूक ये देनी चाहाँगा। वैसे बच्चे सारे इस गल जानते एक ना अजूब खां होगा पाकिस्तान का राष्ट्रपति वह कदे ना ऐसा वक्त से बेचारे का स्कूल नहीं सी जाता गा तो स्कूल ना जाण का कारण हों कुट पैनी तो बेचारे ते कुट पैंदी सी तो गुरद्वारा साहब ही रुक जा करे। एक दिन रुकया दो दिन रुकया ग्रंथी कहिंदा भरावा की गल तू इत्थे रुक जाना कहिंदा जी मैनू तां कुट पैंदी है कहिंदा तां करके मैं रुक जाना कहिंदा कुट क्यों पैंदी है कहिंदा मैं नलायक हाँ इस करके पैंदी है। वह कहिंदा तैनू मैं एक मंत्र दिंदा गा ते इह मंत्र तू पढ़िया कर ते फिर की होगा तेरे ते कुट नहीं पैणगी। ते सच्ची मुची ना ते जिहड़ा अजूब खान सी उहदी हिस्टरी पढ़ के वेखियो ते ग्रंथी ने उन्हों मूल मंत्र दा वाहिगुरु दा ना जाप करन दी विधि दसदा भी तड़के पांच मिनट ला के ना फिर स्कूल जाई उन्ना टाइम स्कूल नहीं जाना गा। ते जो गया ना स्कूल पांच मिनट सिमरन करके मूल मंत्र करके मंत्र देता ना ते अगे जाके कुट नहीं पई। अज टीचरां ने कुछ नहीं किया टीचर नूं छड्ड के कहिंदे छड्डो खड़ा की मत्था मारना ढीठ होया पिया रोज कुट खांदा। नाल दे दोस्तां मित्रां ने कम करवाता उहदा जदों कम करवाता ते उहनूं थोड़ा जिहा हौसला पै गया ते इक हौसला ऐ पै गया भी जिहड़ा बाबे ने मैनूं मंत्र दित्ता ना सारी करामात उसे च ही आ उस च ही है ना। अज उन्हें पांच मिनट लाने की बजाय अच्छ दस मिनट लाए तो दूजे दिन टीचर ने खड़ा तो कर लिया क्लास चंगा खड़ा हो कम चेक करवा जो कम चेक करवाने लिए कहा ना उन्हें फटाफट अपनिया कापियां किताबा कढ़ के अगे रख दियां तो जो कम चेक किया ओके सारा क्योंकि नाल दे मित्रां ने कराता ना पहले दिन हौसला पै गया। हुण टीचर ने थप्पड़ मारन की बजाय ना थापड़ा दिता थापी दिती उन्हूं होर हौसला हो गया कहिंदा कमाल की गल आ मंत्री बड़ा वधिया हैगा पहले दिन जाप करके आया पांच मिनट कुट पैणों हट गई जवाखां ने नाल लग के मेरे मित्रां ने काम भी करवाता। तो दूजे दिन दस मिनट सिमरन करके आया ना मूल मंत्र करके आया तो अज टीचर ने थप्पड़ मारन की बजाय थापी दिती आ एडा करामाती है भाव ये मंत्र जिहड़ा दिता मैनूं बाबे ने इन्ना क विश्वास बन गया वो आने वाले टाइम दे विच नलायक बच्चा ना पाकिस्तान का राष्ट्रपति बनया सी तुसीं सुणिया उह सारिया ने अजूब खां राष्ट्रपति राष्ट्रपति दे अहुदे ते जाके बैठा ते जिस वो दफ्तर दे विच बैठा ना जाके एडा वड्डा अहुदा मिलिया ते अपने दफ्तर विच अपने घर दे विच मूल मंत्र गुरमुखी दे विच लिखवा के पट्टी ते जणी कि इक स्टिकर लगवा के ना अपने कमरे विच लाया गया सीगा। मुसलमान भरा उहनूं दूरों नेड़ों चल के आउंदे मिलण वास्ते आउणा ही सीगा आके पुछदे भी ये क्यों लाया तैं कहिंदा बजी इहदी आ जे मैं कुर्सी ते बैठा तां इसे करके बैठा जे इक मुसलमान मंत्र गुरु तो मंत्र लेके रब दे प्यारे तो मंत्र लेके एड्डी वड्डी तरक्की कर सकदा फिर असी क्यों नहीं कर सकते है ना। पर सानू संग लगती है ना संघ जी लगती है ना कित्थे मत्था मारांगे कित्थे अद्धा घंटा भी मिनट बैठांगे कित्थे कित्थे गुण गुण करांगे सानू तो संग लगती सच्ची गल आपां कहण लगे सतनाम वाहिगुरु बोलदे हुंदे आ बस माड़ी मोटी जी आवाज आउंदी आ संघ लगती है कहिंदे संघ लगती है मर्ग दे भोगते ऊं तखणगे सानू दुख आ रब दा नौ जपना चाहीदा सिमरन विच तां रह देणगे तुसीं ना बाली करड़ी जी कथा ना करिया करो ते सिमरन वध कराया करो वह सारी ना आपां गिणती दे पंज वारी जां चार वार कोई बोलदे हुंदे वी सतनाम वाहिगुरु बोल पो माड़ा जिहा ऐ बिटर बिटर झाकी जाणगे बैठे कोई नहीं बोलदा गा। देखो सुनो गुरु साहब की कहिंदे ने वी इत्थे तां मूल मंत्र करन वाले बच्चे ना स्कूल दे विच्चों बख्शिशा लै गए टीचरां तो शाबाशी लै गए ते आने वाले टाइम दे विच राष्ट्रपतियां दे अहुदियां तक जाके बैठ गए ते असीं करदे आ उह आपां देख सकदे आ। चलो कहण तो भाव गुरु साहब कहिंदी मैनू ना गुरु पातशाह ने मंत्र दिता मोह को सतगुर मंत्र दृढ़ाई मैनू गुरु ने कैसा मंत्र दिता जेडे मंत्र करके ना मेरा जीवन बदल गया। लास्ट विच फिर गुरु साहब कहिंदे अतुल 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 तो भाव है तोलना तकड़ विच पाके ना तोलना अतुल 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 नह तुलिए ओ परमेश्वर परमात्मा दा नाम गुण तोले नहीं जा सकदे। फिर अगे कहिंदे ने मत वसल कृपाए जो जो शरण परयो गुरु नानक अपै दान सुख पाए। फिर जिहड़े जिहड़े गुरु की शरण पै गए उन्हां दी जिंदगी अपै बन गई भाव डर तो रहत हो गई ते उन्हां ने दुनिया विच रहिंदे होइआं भाई आत्मक सुख माणिया है प्राप्त किया है।
ਇੱਥੋਂ ਤੱਕ ਸਮਾਪਤੀ ਆ। ਸ਼ੁਰੂਆਤ ਕਿੱਥੋਂ ਹੋਈ ਸੀ? ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਵੀ ਆਪਾਂ ਮਾੜੇ ਕੰਮ ਨਾ ਕਰੀਏ, ਗੰਦ ਮੰਦ ਨਾ ਸੁਣੀਏ, ਨਾ ਵੇਖੀਏ, ਕੋਸ਼ਿਸ਼ ਕਰੀਏ। ਚਲੋ ਵੇਖਣ ਦਾ ਟਾਈਮ ਮਿਲ ਵੀ ਗਿਆ ਨਾ, ਸੁਣਨ ਦੀ ਗੱਲ ਸੁਣ ਵੀ ਲੈਤੀ ਤਾਂ ਉਹਤੇ ਅਸਰ ਨਾ ਕਰੀਏ। ਸੁਣ ਵੀ ਲੈਂਦੇ ਕੋਈ ਗੱਲ ਨਹੀਂ, ਪਰ ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਿਆ ਮਿਲੂ ਵੀ ਕਹਿੰਦਾ ਕੀ ਹੈ ਅਤੇ ਆਪਾਂ ਕਰਨਾ ਕੀ ਸੀ। ਭੁੱਲਾਂ ਦੀ ਖਿਮਾ ਸਭ ਦਾ ਧੰਨਵਾਦ। ਵਾਹਿਗੁਰੂ।